ਅਦਾਕਾਰਾ ਸੋਨਾਕਸ਼ੀ ਸਿਨਹਾ ਨੇ 23 ਜੂਨ ਨੂੰ ਆਪਣੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਕੋਰਟ ਮੈਰਿਜ ਕੀਤੀ। ਇਸ ਦੌਰਾਨ ਉਸਦਾ ਪੂਰਾ ਪਰਿਵਾਰ ਇਸ ਵਿਆਹ ਵਿੱਚ ਨਜ਼ਰ ਆਇਆ, ਪਰ ਉਸਦੇ ਦੋ ਭਰਾ ਲਵ ਅਤੇ ਕੁਛ ਇਸ ਵਿੱਚ ਨਜ਼ਰ ਨਹੀਂ ਆਏ। ਲੋਕਾਂ ਨੇ ਉਨ੍ਹਾਂ ਦੀ ਗੈਰ ਹਾਜ਼ਰੀ ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਜਵਾਬ 'ਚ ਲਵ ਨੇ ਕਿਹਾ ਸੀ ਕਿ ਕਿਰਪਾ ਕਰਕੇ 1-2 ਦਿਨ ਦਾ ਸਮਾਂ ਦਿਓ, ਜੇਕਰ ਮੈਨੂੰ ਲੱਗਿਆ ਕਿ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦੇ ਸਕਾਂਗਾ ਤਾਂ ਮੈਂ ਦਊਂਗਾ। ਇਸ ਦੇ ਨਾਲ ਹੀ ਹਾਲ ਹੀ 'ਚ ਉਨ੍ਹਾਂ ਨੇ ਇਸ ਮਾਮਲੇ ਦਾ ਸਹੀ ਸਮੇਂ ਤੇ ਜਵਾਬ ਦਿੱਤਾ ਤੇ ਦੱਸਿਆ ਕਿ ਉਹ ਆਪਣੇ ਭੈਣ ਦੇ ਵਿਆਹ 'ਚ ਕਿਉਂ ਨਹੀਂ ਪਹੁੰਚੇ। ਲਵ ਸਿਨਹਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਤੇ ਇੱਕ ਪੋਸਟ ਸ਼ੇਅਰ ਕੀਤੀ ਤੇ ਲਿਖਿਆ ਕਿ ਮੈਂ ਇਸ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕਿਉਂ ਕੀਤਾ। ਮੇਰੇ ਖਿਲਾਫ ਝੂਠੇ ਆਧਾਰਾਂ ਤੇ ਆਨਲਾਈਨ ਮੁਹਿੰਮ ਚਲਾਉਣ ਨਾਲ ਇਹ ਤੱਥ ਨਹੀਂ ਬਦਲੇਗਾ ਕਿ ਮੇਰੇ ਲਈ ਮੇਰਾ ਪਰਿਵਾਰ ਸਭ ਤੋਂ ਪਹਿਲਾਂ ਆਉਂਦਾ। ਇਸ ਤੋਂ ਪਹਿਲਾਂ ਸੋਨਾਕਸ਼ੀ ਦੇ ਦੂਜੇ ਭਰਾ ਕੁਛ ਦੇ ਵਿਆਹ 'ਚ ਨਾ ਆਉਣ ਦੀਆਂ ਖਬਰਾਂ ਨੂੰ ਲੈ ਕੇ ਉਨ੍ਹਾਂ ਕਿਹਾ ਸੀ ਕਿ ਉਹ ਵਿਆਹ ਦਾ ਹਿੱਸਾ ਬਣੇ ਸੀ, ਪਰ ਉਹ ਬੇਹੱਦ ਨਿੱਜੀ ਵਿਅਕਤੀ ਹਨ, ਇਸ ਲਈ ਉਹ ਮੀਡੀਆ ਦੇ ਕੈਮਰਿਆਂ ਤੋਂ ਦੂਰ ਰਹੇ। ਦੋਸਤੋ, ਤੁਹਾਡਾ ਇਸ ਖਬਰ ਬਾਰੇ ਕੀ ਵਿਚਾਰ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਤੇ ਅਜਿਹੀ ਹੀ ਲੇਟੈਸਟ ਅਪਡੇਟਸ ਦੇ ਲਈ ਸਾਡੇ ਚੈਨਲ ਗ੍ਰੈਂਡ ਕਲੱਬ ਟੀਵੀ ਨਾਲ ਜੁੜੇ ਰਹੋ।